ਪੰਜਾਬ ਦੇ ਵਿੱਚ ਗੈਂਗਸਟਰਵਾਦ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਘਟਨਾਵਾਂ ਨੂੰ ਨਕੇਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਗੈਂਗਸਟਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਇਸ ਆਪਰੇਸ਼ਨ ਦੇ ਵਿੱਚ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਰੱਖਣ ਵਾਲੇ ਗੈਂਗਸਟਰਾਂ ਦੇ ਸਮਰਥਕਾਂ ਦੇ ਘਰਾਂ ਤੇ ਵੱਖ-ਵੱਖ ਥਾਵਾਂ ਤੇ 60 ਜਗ੍ਹਾ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕੀ ਕਹਿਣਾ ਸੀ ਪੁਲਿਸ ਅਧਿਕਾਰੀਆਂ ਦਾ, ਆਓ ਸੁਣਾਉਂਦਿਆਂ ਤੁਹਾਨੂੰ। ਅੱਜ ਆਪਣੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਕਰੀਬ 60-70 ਜਗ੍ਹਾ ਥਾਵਾਂ ਦੇ ਵਿੱਚ ਸਾਡੇ ਬਠਿੰਡਾ ਪੁਲਿਸ ਵੱਲੋਂ ਵੱਖਰੀ ਵੱਖਰੀ ਰੇਡ ਪਾਰਟੀਆਂ ਰਾਹੀਂ ਅਸੀਂ ਸਰਚ ਆਪਰੇਸ਼ਨ ਕਰ ਰਹੇ ਹਾਂ। ਇਸ ਸਰਚ ਆਪਰੇਸ਼ਨ 'ਤੇ ਜਿਹੜੇ ਬੰਦੇ ਕਿਤੇ ਕਿਤੇ ਜਿਹੜੇ ਕ੍ਰਿਮੀਨਲਸ ਬੈਕਗਰਾਊਂਡਡ ਨੇ, ਜੇਲ੍ਹ ਤੋਂ ਕਿਸੇ ਨੇ ਬੇਲ ਪਰ ਆਏ ਹੈ ਜਾਂ ਬਰੀ ਹੋ ਕੇ ਆਏ ਹੈ, ਕਿਸੇ ਗੈਂਗਸਟਰ ਦੀ ਟੱਚ ਮੈਂ ਪਹਿਲੇ ਰਹਿ ਕੇ ਆਏ ਹਾਂ, ਉਹਨਾਂ ਨੂੰ ਅਸੀਂ ਅੱਜ ਇਸ ਆਪਰੇਸ਼ਨ ਰਾਹੀਂ ਟਾਰਗੇਟ ਕਰਕੇ ਉਹਨਾਂ ਦੇ ਘਰ ਵੀ ਅਸੀਂ ਤਲਾਸ਼ੀ ਕਰ ਰਹੇ ਹਾਂ ਔਰ ਉਹਨਾਂ ਦੀ ਪਰਸਨਲ ਚੈਕਿੰਗ ਵੀ ਚੱਲ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਦੇ ਬਾਰੇ ਮੈਂ ਵੱਖਰੀ ਵੱਖਰੀ ਡਿਟੇਲਸ ਜਾਣਕਾਰੀ ਅਸੀਂ ਹਾਸਲ ਕਰ ਰਹੇ ਹਾਂ ਤਾਂ ਕਿ ਇਹਨਾਂ ਦੇ ਉੱਪਰ ਸਾਡੇ ਨਿਗਰਾਨੀ ਮਾਨੀਟਰ ਕਰਨ ਕੇ ਲਈ ਜੋ ਐਫਰਟਸ ਹੈ ਉਹ ਕੰਟੀਨਿਊਸਲੀ ਜਾਰੀ ਹੋ ਸਕੇ ਔਰ ਇਸ ਮੈਸੇਜ ਆਪਰੇਸ਼ਨਸ ਰਾਹੀਂ ਅਸੀਂ ਇਹਨਾਂ ਨੂੰ ਮੈਸੇਜ ਦਿੰਦੇ ਹਾਂ। ਅਸੀਂ ਜਿਹੜੇ ਗੈਂਗਸਟਰਸ ਔਰ ਉਹਨਾਂ ਦੇ ਜਿਹੜੇ ਸਿੰਪਥਾਈਜ਼ਰਸ ਹੈ, ਉਹਨਾਂ ਦੇ ਫੁੱਟ ਸੋਲਜਰਸ ਹੈ, ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਹੁੰਦੇ ਲੋਕ, ਉਹਦੀ ਨੈਕਸਸ ਨੂੰ ਅਸੀਂ ਬ੍ਰੇਕ ਕਰਨਾ ਚਾਹੁੰਦੇ। ਉਸ ਤਹਿਤ ਇਹ ਅੱਜ ਆਪਰੇਸ਼ਨ ਸਾਡਾ ਚੱਲ ਰਿਹਾ ਹੈ ਔਰ ਇਹ ਪੂਰੀ ਪੰਜਾਬ ਦੇ ਸਟੇਟ ਵਿੱਚ ਅੱਜ ਚੱਲ ਰਹੇ ਨੇ। ਇਹ ਸਪੈਸ਼ਲ ਬੰਬੀਹਾ ਗਰੁੱਪ ਦੀ ਹੈ ਕਿ ਜਾਂ ਕਿਸੇ ਗਰੁੱਪ 'ਚ? ਅਸੀਂ ਤੁਹਾਡੇ ਨਾਮ ਸਾਹਮਣੇ ਨਾਮ ਲੈ ਲੈਂਦੇ। ਇਹ ਬੇਸਿਕਲੀ ਇੱਕ ਮੇਨ ਪੰਜਾਬ ਦੀ ਬੜਾ ਗੈਂਗਸਟਰ ਗਰੁੱਪ ਦੀ ਲਿੰਕ ਦੇ ਵਿੱਚ ਜਿੰਨੇ ਜਿੰਨੇ ਲੋਕ ਨੇ ਉਹਨਾਂ ਦੀ ਅਸੀਂ ਅੱਜ ਟਾਰਗੇਟ ਕਰ ਰਹੇ ਨੇ। ਇਹ ਜਿਹੜਾ ਅੱਜ ਆਪਰੇਸ਼ਨ ਸਾਡੇ ਬਠਿੰਡਾ ਜ਼ਿਲ੍ਹਾ ਦੇ ਸ਼ਹਿਰ ਦੇ ਵਿੱਚ ਸਿਟੀ ਏਰੀਆ ਕੋਤਵਾਲੀ ਕੈਨਾਲ ਥਰਮਲ ਏਰੀਆ ਵਿੱਚ ਚੱਲ ਰਹੇ ਹੈ ਔਰ ਬਾਹਰਲੇ ਏਰੀਆ ਦੇ ਆਪਣੇ ਤਲਵੰਡੀ ਸਾਬੂ, ਨਈਆ ਵਾਲਾ, ਦਿਆਲਪੁਰਾ, ਰਾਮਪੁਰਾ ਵਿੱਚ ਵੀ ਚੱਲ ਰਹੇ ਨੇ। ਸਰ ਗੱਲ ਕਰੀਏ, ਕਈ ਲੋਕਾਂ ਦੇ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਜਿਹੜਾ ਹੈਗਾ ਸਰਚ ਕੀਤਾ ਗਿਆ, ਕਿਸ ਤਰ੍ਹਾਂ ਦੀ ਗੱਲ ਸਮਝਾਈਏ? ਦੇਖੋ, ਇਹਦੀ ਬੈਕਗਰਾਉਂਡ ਅਸੀਂ ਬੜੀ ਮਿਹਨਤ ਨਾਲ ਤਿਆਰ ਕਰਕੇ, ਵਰਕਆਊਟ ਕਰਕੇ, ਕਿਸੇ ਕਿਸੇ ਕਾਰਨ ਕਰਕੇ ਇਹ ਕਿਸੇ ਤਰੀਕੇ ਸੇ ਵੀ ਗੈਂਗਸਟਰ ਕੇ ਸਾਥ ਟੱਚ ਮੇ ਆਉਂਦੇ ਹੈ, ਉਹਨਾਂ ਦੇ ਅਸੀਂ ਅੱਜ ਟਾਰਗੇਟ ਕੀਤੇ ਨੇ। ਇਹਦੇ ਵਿੱਚੋਂ ਤੁਸੀਂ ਜਿਵੇਂ ਕਹਿ ਰਹੇ ਹੈ ਮੀਡੀਆ ਇੱਕ ਪਾਰਟ ਹੈ, ਇਹਦਾ ਇਲਾਵਾ ਵੀ ਸਾਡੇ ਕੋਲ ਵੱਖਰੇ ਵੱਖਰੇ ਇਨਪੁਟਸ ਨੇ ਇਹਦੇ ਜਿਵੇਂ ਤਾਰ ਬਣ ਕੇ ਜੋੜ ਸਕਦੀ ਹੈ ਕ੍ਰਿਮੀਨਲ ਕੇ ਸਾਥ, ਗੈਂਗਸਟਰ ਕੇ ਸਾਥ, ਉਹਦੀ ਅਸੀਂ ਅੱਜ ਵਰਕਆਊਟ ਕਰਕੇ ਲਿਸਟ ਤਿਆਰ ਕਰਕੇ ਉਹਨਾਂ ਦੀ ਅਸੀਂ ਅੱਜ ਰਾਈਡ ਕਰ ਰਹੇ ਹਾਂ।